ਦੇਖੋ ਜੀ, ਜਿਹੜੀ ਕੋਈ ਪਿਛਲੇ ਸਮੇਂ 'ਚ ਕੋਈ ਸੰਦਾਂ ਦੀ ਕੋਈ ਸੰਦ ਮਿਲ ਨਹੀਂ ਰਹੇ, ਹੇਰਾ ਫੇਰੀ ਹੋਈ, ਉਹਦੇ 'ਤੇ ਉਹਦੀ ਪੁੱਛ ਪੜਤਾਲ ਹੋ ਰਹੀ ਹੈ। ਕਿਸੇ ਨਾਲ ਧੱਕਾ ਨਹੀਂ ਹੋਊਗਾ, ਕੋਈ ਇਹੋ ਜਿਹੀ ਗਲਤ ਗੱਲ ਨਹੀਂ ਹੋਊ। ਸੋ ਉਹਨਾਂ ਤੋਂ ਉਹਨਾਂ ਦਾ ਪੱਖ ਲਿਆ ਜਾ ਰਿਹਾ। ਜਿਹੜਾ ਕਸੂਰਵਾਰ ਹੋਇਆ ਉਹਨੂੰ ਜ਼ਰੂਰ ਨਾ ਕਿਸੇ ਨਾਲ ਧੱਕਾ ਅਤੇ ਨਾ ਕਿਸੇ ਨਾਲ ਰਹਿਤ ਹੋ। ਜਾਂਚ ਦੇ ਵਿੱਚ ਜਿਹੜੇ ਕਿੰਨੇ ਕਿੰਨੇ ਦਾ ਤਬਲਾ ਹੋਇਆ ਹੈ? 1100 ਕਿ 1100 ਕੁਛ ਤੋਂ ਪਹਿਲਾਂ ਤਾਂ ਹਜ਼ਾਰਾਂ 'ਚ ਸੀ, ਪਰ ਉਹਨਾਂ 'ਚੋਂ ਕੁਛ ਪੁਰਾਣੇ ਸਮੇਂ ਦੀਆਂ ਮੇਰਾ ਖਿਆਲ ਖਤਮ ਹੀ ਹੋ ਗਈਆਂ ਹੋਣੀਆਂ। ਦੂਸਰੇ ਪਾਸੇ ਜਿਹੜੇ ਕਿ ਪਸ਼ੂਆਂ ਦੀ ਬਿਮਾਰੀ ਫੈਲੀ ਆ ਪਿੰਡ ਹਲਕੇ ਦੇ ਵਿੱਚ, ਇਸ ਪਿੰਡ ਦੇ ਵਿੱਚ ਜਿਹੜੇ ਬਿਮਾਰੀ ਕਿਹੜੀ ਬਿਮਾਰੀ ਸੀਗੀ ਚੰਮੀ ਆਈ ਹੈਗੀ ਤੇ ਕੀ ਸਰਕਾਰ ਵੱਲੋਂ ਕੁਝ? ਅਸਲ ਵਿੱਚ ਨਾ ਜਿਹੜੀ ਮੇਰੇ ਕੋਲੇ ਰਹਿ ਕੇ ਕਲਾਂ ਦੇ ਲੋਕ ਆਏ ਸੀ, ਮੈਂ ਉਸੇ ਦਿਨ ਡਾਇਰੈਕਟਰ ਸਾਹਿਬ ਨੂੰ ਕਹਿ ਦਿੱਤਾ ਸੀ ਤੇ ਡਿਪਟੀ ਡਾਇਰੈਕਟਰ ਤੇ ਸਾਰੇ ਇੱਥੇ ਲੱਗੇ ਹੋਏ ਆ। ਕੋਈ ਬਿਮਾਰੀ ਦੀ ਅਜੇ ਹੁਣ ਯੂਨੀਵਰਸਿਟੀ ਤੋਂ ਵੀ ਕੱਲ ਰਾਤ ਟੀਮ ਆ ਗਈ ਹੈ, ਅੱਜ ਮੈਂ ਵੀ 2 ਵਜੇ ਉੱਥੇ ਜਾਣਾ। ਉਹਦਾ ਪੱਕਾ ਪਤਾ ਨਹੀਂ ਲੱਗ ਸਕਿਆ। ਅਸੀਂ ਸਮਝਦੇ ਸੀ ਵੀ ਸ਼ਾਇਦ ਕੋਈ ਪੁਰਾਣੀਆਂ ਬਿਮਾਰੀਆਂ ਜੋ ਕੋਈ ਹੋਰ ਨਵੀਂ ਹੋ ਸਕਦੀ ਹੈ, ਉਹ ਜਾ ਕੇ ਪਤਾ ਲੱਗੂਗਾ, ਪਰ ਲੱਗੇ ਹੋਏ ਆ। ਜਿਨ੍ਹਾਂ ਦਾ ਨੁਕਸਾਨ ਹੋਇਆ ਬਹੁਤ ਅਫਸੋਸ ਹੈ, ਔਰ ਧਿਆਨ ਕੀਤਾ ਜਾਵੇ। ਉਹ ਜਿਹੜੀ ਸਰਕਾਰ ਵੱਲੋਂ ਰੱਖੀ ਗਈ ਹੋਈ ਉਹਦੇ ਮੈਂ ਪੜ੍ਹ ਕੇ ਸਾਰਾ ਕੁਛ ਦੱਸ ਦੂੰਗਾ। ਅਗਲਾ ਬਾਈ ਜੀ, ਵੇਖੋ ਨਾ, ਜਿਹੜੀ ਇੱਕ ਉਹ ਹੈ ਨਾ, ਪਾਣੀ ਲਾਉਣ ਤੋਂ ਬਾਅਦ ਠੰਡ ਨਾਲ ਇੱਕ ਬਿਮਾਰੀ ਪਈ ਸੀ ਜਿਹੜੀ ਸੁਣੀ ਦੀ, ਉਹਦੇ ਨਾਲ ਉਹਦੇ 'ਤੇ ਕੰਟਰੋਲ ਹੈ। ਸੋ ਕੋਈ ਇਹਦੇ 'ਚ ਬਾਹਲੀ ਵੱਡੀ ਗੱਲ ਨਹੀਂ ਹੋ ਰਹੀ, ਜੇ ਕੋਈ ਹੋਊ ਤਾਂ ਅਸੀਂ ਧਿਆਨ ਜ਼ਰੂਰ ਰੱਖਦੇ ਹਾਂ। ਅਯੁੱਧਿਆ ਦੇ ਵਿੱਚ ਰਾਮ ਮੰਦਿਰ ਸ਼ੁਰੂਆਤ ਕੀਤੀ ਜਾ ਰਹੀ ਹੈ, ਉਹ ਯਾਰ ਮੈਂ ਉਹਦੇ 'ਤੇ ਜੋ ਵੀ ਜਿੱਥੇ ਵੀ ਹੋ ਰਿਹਾ ਰੱਬ ਦਾ ਨਾਂ ਕੋਈ ਵੀ ਲਵੇ ਚੰਗੀ ਗੱਲ। ਵੇਖੋ ਜੀ, ਜਿਹੜੀ ਕੋਈ ਪਿਛਲੇ ਸਮੇਂ 'ਚ ਕੋਈ ਸੰਦਾਂ ਦੀ ਕੋਈ ਸੰਦ ਮਿਲ ਨਹੀਂ ਰਹੇ, ਹੇਰਾ ਫੇਰੀ ਹੋਈ, ਉਹਦੇ 'ਤੇ ਉਹਦੀ ਪੁੱਛ ਪੜਤਾਲ ਹੋ ਰਹੀ ਹੈ। ਕਿਸੇ ਨਾਲ ਧੱਕਾ ਨਹੀਂ ਹੋਊਗਾ, ਕੋਈ ਇਹੋ ਜਿਹੀ ਗਲਤ ਗੱਲ ਨਹੀਂ ਹੋਊ। ਸੋ ਉਹਨਾਂ ਤੋਂ ਉਹਨਾਂ ਦਾ ਪੱਖ ਲਿਆ ਜਾ ਰਿਹਾ। ਜਿਹੜਾ ਕਸੂਰਵਾਰ ਹੋਇਆ ਉਹਨੂੰ ਜ਼ਰੂਰ ਨਾ ਕਿਸੇ ਨਾਲ ਧੱਕਾ ਅਤੇ ਨਾ ਕਿਸੇ ਨਾਲ ਰਹਿਤ ਹੋ। ਜਾਂਚ ਦੇ ਵਿੱਚ ਜਿਹੜੇ ਕਿੰਨੇ ਕਿੰਨੇ ਦਾ ਤਬਲਾ ਹੋਇਆ ਹੈ? 1100 ਕਿ 1100 ਕੁਛ ਤੋਂ ਪਹਿਲਾਂ ਤਾਂ ਹਜ਼ਾਰਾਂ 'ਚ ਸੀ, ਪਰ ਉਹਨਾਂ 'ਚੋਂ ਕੁਛ ਪੁਰਾਣੇ ਸਮੇਂ ਦੀਆਂ ਮੇਰਾ ਖਿਆਲ ਖਤਮ ਹੀ ਹੋ ਗਈਆਂ ਹੋਣੀਆਂ। ਦੂਸਰੇ ਪਾਸੇ ਜਿਹੜੇ ਕਿ ਪਸ਼ੂਆਂ ਦੀ ਬਿਮਾਰੀ ਫੈਲੀ ਆ ਪਿੰਡ ਹਲਕੇ ਦੇ ਵਿੱਚ, ਇਸ ਪਿੰਡ ਦੇ ਵਿੱਚ ਜਿਹੜੇ ਬਿਮਾਰੀ ਕਿਹੜੀ ਬਿਮਾਰੀ ਸੀਗੀ ਚੰਮੀ ਆਈ ਹੈਗੀ ਤੇ ਕੀ ਸਰਕਾਰ ਵੱਲੋਂ ਕੁਝ? ਅਸਲ ਵਿੱਚ ਨਾ ਜਿਹੜੀ ਮੇਰੇ ਕੋਲੇ ਰਹਿ ਕੇ ਕਲਾਂ ਦੇ ਲੋਕ ਆਏ ਸੀ, ਮੈਂ ਉਸੇ ਦਿਨ ਡਾਇਰੈਕਟਰ ਸਾਹਿਬ ਨੂੰ ਕਹਿ ਦਿੱਤਾ ਸੀ ਤੇ ਡਿਪਟੀ ਡਾਇਰੈਕਟਰ ਤੇ ਸਾਰੇ ਇੱਥੇ ਲੱਗੇ ਹੋਏ ਆ। ਕੋਈ ਬਿਮਾਰੀ ਦੀ ਅਜੇ ਹੁਣ ਯੂਨੀਵਰਸਿਟੀ ਤੋਂ ਵੀ ਕੱਲ ਰਾਤ ਟੀਮ ਆ ਗਈ ਹੈ, ਅੱਜ ਮੈਂ ਵੀ 2 ਵਜੇ ਉੱਥੇ ਜਾਣਾ। ਉਹਦਾ ਪੱਕਾ ਪਤਾ ਨਹੀਂ ਲੱਗ ਸਕਿਆ। ਅਸੀਂ ਸਮਝਦੇ ਸੀ ਵੀ ਸ਼ਾਇਦ ਕੋਈ ਪੁਰਾਣੀਆਂ ਬਿਮਾਰੀਆਂ ਜੋ ਕੋਈ ਹੋਰ ਨਵੀਂ ਹੋ ਸਕਦੀ ਹੈ, ਉਹ ਜਾ ਕੇ ਪਤਾ ਲੱਗੂਗਾ, ਪਰ ਲੱਗੇ ਹੋਏ ਆ। ਜਿਨ੍ਹਾਂ ਦਾ ਨੁਕਸਾਨ ਹੋਇਆ ਬਹੁਤ ਅਫਸੋਸ ਹੈ, ਔਰ ਧਿਆਨ ਕੀਤਾ ਜਾਵੇ। ਉਹ ਜਿਹੜੀ ਸਰਕਾਰ ਵੱਲੋਂ ਰੱਖੀ ਗਈ ਹੋਈ ਉਹਦੇ ਮੈਂ ਪੜ੍ਹ ਕੇ ਸਾਰਾ ਕੁਛ ਦੱਸ ਦੂੰਗਾ। ਅਗਲਾ ਬਾਈ ਜੀ, ਵੇਖੋ ਨਾ, ਜਿਹੜੀ ਇੱਕ ਉਹ ਹੈ ਨਾ, ਪਾਣੀ ਲਾਉਣ ਤੋਂ ਬਾਅਦ ਠੰਡ ਨਾਲ ਇੱਕ ਬਿਮਾਰੀ ਪਈ ਸੀ ਜਿਹੜੀ ਸੁਣੀ ਦੀ, ਉਹਦੇ ਨਾਲ ਉਹਦੇ 'ਤੇ ਕੰਟਰੋਲ ਹੈ। ਸੋ ਕੋਈ ਇਹਦੇ 'ਚ ਬਾਹਲੀ ਵੱਡੀ ਗੱਲ ਨਹੀਂ ਹੋ ਰਹੀ, ਜੇ ਕੋਈ ਹੋਊ ਤਾਂ ਅਸੀਂ ਧਿਆਨ ਜ਼ਰੂਰ ਰੱਖਦੇ ਹਾਂ। ਅਯੁੱਧਿਆ ਦੇ ਵਿੱਚ ਰਾਮ ਮੰਦਿਰ ਸ਼ੁਰੂਆਤ ਕੀਤੀ ਜਾ ਰਹੀ ਹੈ, ਉਹ ਯਾਰ ਮੈਂ ਉਹਦੇ 'ਤੇ ਜੋ ਵੀ ਜਿੱਥੇ ਵੀ ਹੋ ਰਿਹਾ ਰੱਬ ਦਾ ਨਾਂ ਕੋਈ ਵੀ ਲਵੇ ਚੰਗੀ ਗੱਲ।